ਇੱਥੇ ਬੈਠੇ ਬਹਾਦਰ ਖਾਨ ਨੂੰ ਸਾਥੀਓ, ਸਾਰਿਆਂ ਨੂੰ ਗੁਰੂ ਮਹਾਰਾਜ ਜੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਇੱਥੇ ਸਾਢੇ ਪੰਜ ਮਹੀਨਿਆਂ ਤੋਂ ਜੰਗ ਦੇ ਮੈਦਾਨ ਦੇ ਵਿੱਚ ਬੈਠੇ ਹੋਏ ਹਾਂ। ਇਹ ਲੰਬੀ ਲੜਾਈ ਹੈ। ਉਹ ਲੰਬੀ ਲੜਾਈ ਕਿਉਂ ਆ, ਉਹਦੇ ਬਾਰੇ ਆਪਾਂ ਗੱਲਬਾਤ ਕਰਨੀ ਆ। ਤੇ ਜਿਹੜਾ ਭਾਰਤ ਦਾ ਸਿਸਟਮ ਹੈ, ਭਾਰਤੀ ਰਾਜ ਹੈ, ਜੋ ਉਹਦਾ ਚਿਹਰਾ, ਜੋ ਉਹਦਾ ਸਰੂਪ ਹੈ, ਇਹ ਨੰਗੇ ਰੂਪ 'ਚ ਤੁਹਾਡੇ ਸਾਹਮਣੇ ਆ ਰਿਹਾ। ਉਹਦੇ ਬਾਰੇ ਗੱਲਬਾਤ ਕਰਨੀ ਹੈ। ਮੈਂ ਤੁਹਾਡੇ ਨਾਲ ਪਹਿਲਾਂ ਵੀ ਜਦੋਂ ਆਇਆ ਵਾਂ ਇੱਥੇ, ਉਦੋਂ ਗੱਲਬਾਤ ਕਰਕੇ ਗਿਆ ਤੁਹਾਡੇ ਨਾਲ ਵੀ ਇਹ ਸਿਸਟਮ ਨੂੰ ਸਮਝਣਾ ਪੈਣਾ ਤੁਹਾਨੂੰ। ਇਸ ਸਿਸਟਮ ਦੇ ਵਿੱਚ ਚਾਹੇ ਉਹ ਕੋਈ ਕੇਂਦਰ ਸਰਕਾਰ ਆ, ਚਾਹੇ ਕੋਈ ਰਾਜ ਸਰਕਾਰ ਹੈ, ਚਾਹੇ ਹਰਿਆਣਾ ਸਰਕਾਰ ਹੈ, ਚਾਹੇ ਉਹ ਪੰਜਾਬ ਦੀ ਸਰਕਾਰ ਹੈ, ਉਹਨੂੰ ਅਲੱਗ ਅਲੱਗ ਕਰਕੇ ਤੁਸੀਂ ਨਹੀਂ ਦੇਖ ਸਕਦੇ। ਨਾ ਅਦਾਲਤਾਂ ਨੂੰ ਤੁਸੀਂ ਅਲੱਗ ਕਰਕੇ ਦੇਖ ਸਕਦੇ ਜੋ, ਨਾ ਇਸ ਪ੍ਰਬੰਧਕ ਸਿਆਸਤ ਨੂੰ ਹੋਰ ਤੁਸੀਂ ਵੱਖਰਾ ਕਰਕੇ ਦੇਖ ਸਕਦੇ ਜੀ। ਆਹ ਇਹਦੇ ਸਾਹਮਣੇ ਇਹਦੀ ਚੀਜ਼ ਹੈ ਤੁਹਾਡੇ ਸਾਹਮਣੇ, ਆ ਨੰਗੇ ਚਿੱਟੇ ਰੂਪ 'ਚ ਇਹ ਸਾਹਮਣੇ ਆ ਜਿਹੜੀ ਆ, ਉਹ ਤੁਹਾਡੇ ਸਾਹਮਣੇ ਨਸ਼ੇ ਹੋ ਚੁੱਕੀ ਹੈ। ਹਾਈ ਕੋਰਟ ਨੂੰ ਸਾਢੇ ਪੰਜ ਮਹੀਨਿਆਂ ਬਾਅਦ ਯਾਦ ਆਉਂਦੀ ਹੈ ਕਿੱਥੇ ਕੰਧਾਂ ਕੱਢੀਆਂ ਹੋਈਆਂ ਕਿਸੇ ਨੇ। ਜਿਹੜੀ ਹਰਿਆਣਾ ਸਰਕਾਰ ਨੇ ਕੰਧਾਂ ਕੱਢੀਆਂ ਹੋਈਆਂ, ਉਹ ਇੱਥੋਂ ਆਪਣੇ ਕੰਧਾਂ ਢਾਵੇ, ਲੋਕਾਂ ਢਾਵੇ, ਉਹਦੇ ਖਿਲਾਫ ਹਰਿਆਣਾ ਸਰਕਾਰ ਕੇਂਦਰ ਸਰਕਾਰ ਦੀ ਸ਼ਹਿ ਕੇ ਸੁਪਰੀਮ ਕੋਰਟ ਚੱਲ ਜਾਂਦੀ ਹੈ। ਸੁਪਰੀਮ ਕੋਰਟ ਕੀ ਕਹਿ ਰਹੀ ਆ, ਜੋ ਕੇਂਦਰ ਸਰਕਾਰ ਦੀ ਮਨਸ਼ਾ ਵਾ ਉਹੀ ਸੁਪਰੀਮ ਕੋਰਟ ਕਹਿ ਰਹੀ ਹੈ। ਉਹ ਕੀ ਕਹਿ ਰਹੀ ਆ ਕਿ ਇਹ ਲੋਕਾਂ ਨਹੀਂ ਢਾਕੇ ਜਾਣਗੀਆਂ, ਇਹ ਅਮਨ ਕਾਨੂੰਨ ਦਾ, ਅਮਨ ਕਾਨੂੰਨ ਦਾ ਮਸਲਾ ਵਾ। ਉਹਦੇ ਲਈ ਹਰਿਆਣਾ ਤੇ ਪੰਜਾਬ ਵਾਲੇ ਵੀ, ਹਰਿਆਣਾ ਤੇ ਪੰਜਾਬ ਦੀਆਂ ਸਰਕਾਰਾਂ ਵਾ, ਕੋਈ ਸਾਨੂੰ ਨਿਰਪੱਖ ਸ਼ਖਸੀਅਤਾਂ ਜਿਹੜੀਆਂ ਵਾ ਉਹਨਾਂ ਦੀਆਂ ਕੋਈ ਕਮੇਟੀਆਂ ਬਣਾ ਕੇ ਦੇਣ, ਉਹ ਕੇਂਦਰ ਸਰਕਾਰ ਤੇ ਕਿਸਾਨਾਂ ਦੇ ਵਿੱਚ ਵਿਚੋਲਗਰੀ ਦਾ ਕੰਮ ਕਰਨ। ਇਹ ਸਾਰੇ ਕੋਸੇ ਨੂੰ ਭੋਖੋ ਇੱਕ ਨਾ। ਪਹਿਲੀ ਗੱਲ ਤਾਂ ਜਦੋਂ ਸੁਪਰੀਮ ਕੋਰਟ ਇਹ ਕਹਿ ਰਹੀ ਆ ਨਿਰਪੱਖ ਬੰਦਿਆਂ ਦੀ ਕੋਈ ਕਮੇਟੀ ਬਣਾਈ ਜਾਵੇ, ਇਹਦਾ ਮਤਲਬ ਜਿਹੜੀ ਹਰਿਆਣਾ ਤੇ ਪੰਜਾਬ ਦੀ ਸਰਕਾਰ ਆ
ਉਹ ਨਿਰਪੱਖ ਨਹੀਂ ਹੈਗੀ ਇਹ ਵਿਸ਼ੇ ਤੇ। ਜਿਹੜਾ ਸਿੱਧਾ ਅਰਥ ਸੁਪਰੀਮ ਕੋਰਟ ਦਾ ਨਿਕਲਦਾ ਵਾ, ਜਦੋਂ ਉਹ ਨਿਰਪੱਖ ਨਹੀਂ ਤੇ ਫਿਰ ਦੂਜੇ ਕੇ ਨਿਰਪੱਖ ਦੀ ਜਿਹੜੀ ਉਹ ਮਿੱਟੀ ਬਣਾਈ ਜਾਵੇ। ਫਿਰ ਉਹਨਾਂ ਜਿਹੜੇ ਨਿਰਪੱਖ ਨਹੀਂ ਜਾਣਾ ਤੇ ਪੰਜਾਬ ਦੀ ਸਰਕਾਰ ਉਹਨਾਂ ਨੂੰ ਕਹਿ ਲੈਂਦਾ ਤੁਸੀਂ ਸਾਨੂੰ ਬੰਦੇ ਦਿਓ ਮਿੱਟੀ ਚ, ਦਿਓ ਕਿੱਦਾਂ ਨਿਰਪੱਖ ਹੋਣਗੇ। ਇਹ ਸਿੱਧਾ ਸਵਾਲ ਆ ਸੁਪਰੀਮ ਕੋਰਟ ਦੇ ਜੋ ਕਿਹਾ ਵਾ ਵੀ ਜਿਹੜੇ ਬੰਦੇ ਜਿਹੜੀਆਂ ਹਰਿਆਣਾ ਤੇ ਪੰਜਾਬ ਦੀਆਂ ਸਰਕਾਰਾਂ ਆਪ ਨਿਰਪੱਖ ਨਹੀਂ ਗਈਆਂ ਸੁਪਰੀਮ ਕੋਰਟ ਦੇ ਕਹਿਣ ਅਨੁਸਾਰ, ਤੇ ਜਿਹੜੇ ਉਹ ਬੰਦੇ ਨੋਮੀਨੇਟ ਕਰਨਗੀਆਂ ਜਿਹੜੇ ਵਿਚੋਲੇ ਨੋਮੀਨੇਟ ਕਰਨਗੀਆਂ ਉਹ ਕਿੱਦਾਂ ਨਿਰਪੱਖ ਹੋ ਜਾਣਗੇ ਜੀ। ਨਾਲੇ ਕੋਈ ਗਾਹ ਇਹ ਕੋਈ ਗਾਹ ਮਾਝ ਦਾ ਫੈਸਲਾ ਵਾ ਜਿਹੜਾ ਕਿ ਵਿਚੋਲੇ ਨੇ ਕਰਾਉਣਾ। ਸੁਪਰੀਮ ਕੋਰਟ ਕੇਂਦਰ ਸਰਕਾਰ ਨੂੰ ਕੋਈ ਨਹੀਂ ਕਹਿੰਦੀ ਉਹਨਾਂ ਦੀ ਗੱਲਬਾਤ ਕਰੋ, ਜੇ ਕੋਈ ਮਸਲਾ ਮੁੱਕਦਾ ਵਾ ਨਹੀਂ ਤਾਂ ਰੋਕਾਂ ਢਾਓ ਇੱਥੋਂ ਕੁਝ ਨਹੀਂ ਆਉਣ ਕਦੀ ਨਹੀਂ ਕਹਿਣਗੇ, ਸਖਤੀ ਨਹੀਂ ਕਹਿਣਗੇ। ਜਿਹੜੀਆਂ ਰੋਕਾਂ ਲੱਗੀਆਂ ਇੱਥੇ ਆੜੀਆਂ ਕੰਧਾਂ ਜੋ ਕੋਈ ਇੱਥੇ ਸਾਰਾ ਆਪਾਂ ਜਾਣਦੇ ਹਾਂ 6 ਪਰਮਿਟੀਆਂ ਲੱਗੀਆਂ ਹੋਈਆਂ, ਆਪਾਂ 13 ਪਰ ਇਹਨੂੰ ਆਏ ਹਾਂ। ਇਹ ਕਿਹੜੇ ਕਾਨੂੰਨ 'ਚ ਕੰਧਾਂ ਕੱਢੀਆਂ ਵਾਲਾ, ਇਹ ਟਿੱਪਰ ਇਹ ਸੜਕਾਂ ਬੰਦ ਕਰਨੀਆਂ, ਇਹ ਕਿਹੜੇ ਕਾਨੂੰਨ 'ਚ? ਇਹ ਸਾਨੂੰ ਕਾਨੂੰਨ ਵਿਖਾ ਦੇਣ ਕਿਹੜੇ ਹਿੰਦੁਸਤਾਨ ਦੇ ਸੰਵਿਧਾਨ 'ਚ ਲਿਖਿਆ ਹੋਇਆ ਕਿ ਸਰਕਾਰ ਕੰਧਾਂ ਕੱਢ ਕੇ ਜਾਂ ਕੋਈ ਵੀ ਕੰਧਾਂ ਕੱਢ ਕੇ ਕੋਈ ਰਸਤਾ ਰੋਕ ਸਕਦੇ ਲੋਕਾਂ ਦਾ? ਗੈਰ ਕਾਨੂੰਨੀ ਮੇਰੇ ਵੀਰੋ ਕਿਹਨੇ ਕੀਤੀ ਹੋਈ ਆ? ਜਿਹੜੇ ਆਉਂਦੇ ਕਾਨੂੰਨ ਦੇ ਆਖੇ ਆ ਉਹ ਕਾਨੂੰਨ ਤੋੜ ਕੇ ਬੈਠੇ ਹੋਏ ਆ ਕੇਂਦਰ ਦੀ ਸਰਕਾਰ ਤੇ ਹਰਿਆਣਾ ਦੀ ਸਰਕਾਰ, ਉਹਨਾਂ ਦੇ ਕੀ ਕਾਰਵਾਈ ਕਰ ਰਹੀਆਂ ਦੱਸਦਾ ਦੱਸੋ। ਗੈਰ ਕਾਨੂੰਨੀ ਇਹ ਦੱਸੋ, ਇਹ ਲੋਕਤੰਤਰ ਤੇ ਸਵਾਲ ਨਹੀਂ ਹੈ? ਸਾਡੇ ਬੰਦੇ ਵੀ ਭਰਮ ਕਰਕੇ ਖਾਂਦੇ ਆ ਵੀ ਲੋਕਤੰਤਰ ਆ ਜੀ, ਫਲਾਣਾ ਜੀ, ਢੀਂਗੜਾ ਜੀ, ਵੋਟਾਂ ਜੀ, ਉਹ ਲੋਕਤੰਤਰ ਆ। ਲੋਕਾਂ ਦੇ ਰਾਹ ਕੰਧਾਂ ਕੱਢ ਕੇ ਰੋਕ ਦੇਣ ਨੂੰ ਲੋਕਤੰਤਰ ਕਹੋ ਨਾ ਤੁਸੀਂ? ਇਹ ਲੋਕਤੰਤਰ ਦਾ ਕਤਲ ਹੋ ਰਿਹਾ, ਕਤਲ। ਆਪਣੇ ਲੋਕਾਂ ਨੂੰ ਆਪਣੀ ਹੱਕੀ ਮੰਗਾਂ ਲਈ ਜਿਹੜੀਆਂ ਮੰਗਾਂ ਉਹਨਾਂ ਦੀਆਂ ਵਾ, ਉਹਨਾਂ ਦੀਆਂ ਕਮੇਟੀਆਂ ਦੀਆਂ ਰਿਪੋਰਟਾਂ ਕੇਂਦਰ ਸਰਕਾਰ ਕੋਲ ਪਾਰਲੀਮੈਂਟ 'ਚ ਪਈਆਂ ਹੋਣ, ਉਹ ਆਪਣੀਆਂ ਮੰਗਾਂ ਉਠਾਉਣ ਵਾਸਤੇ ਸ਼ਾਂਤਮਈ ਤਰੀਕੇ ਨਾਲ ਦਿੱਲੀ ਜਾਣਾ ਚਾਹੁੰਦੇ ਹੋਣ, ਰੋਸ ਪ੍ਰਦਰਸ਼ਨ ਕਰਨ ਜੋ ਸੰਵਿਧਾਨ ਦਾ ਮਾੜਾ ਮੋਟਾ ਆਖਿਆ, ਉਹਨਾਂ ਨੂੰ ਕੋਈ ਕੰਧਾਂ ਕੱਢ ਕੇ ਰੋਕੋ। ਫਿਰ ਲੋਕਤੰਤਰ ਦਾ ਕਤਲ ਹੈ ਜਾਂ ਨਹੀਂ ਕਤਲ? ਕਿਸ ਤਰ੍ਹਾਂ ਕਹਿੰਦੇ ਜਾ ਕੇ ਹਿੰਦੁਸਤਾਨ ਸਭ ਤੋਂ ਵੱਡੀ ਡੈਮੋਕ੍ਰੇਸੀ ਆ, ਜਿਹੜਾ ਫੁਰਕਾ ਪਾਇਆ ਇਹਨਾਂ ਨੇ ਆਪਣੇ ਮੂੰਹ ਤੇ ਡੈਮੋਕ੍ਰੇਸੀ ਦਾ, ਉਹ ਪੂਰੇ ਦੁਨੀਆਂ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਉਹ ਲੀਰੋ ਲੀਰੋ ਚੁੱਕਾ ਮੇਰੇ ਵੀਰੋ, ਲੀਰੋ ਲੀਰੋ ਚੁੱਕਾ ਕਿਤਾਬ ਮੂੰਹ ਪਰ ਨੱਚ ਚੁੱਕਾ ਵਾ। ਆਹ ਦੂਜੀ ਗੱਲ, ਆਹ ਦੂਸਰੀ ਗੱਲ ਸਨਮਾਨਿਤ ਕਰਦੇ ਆ ਜਿਹਨਾਂ ਨੇ ਸ਼ੁਭ ਕਰਮ ਨੂੰ ਸ਼ਹੀਦ ਕੀਤਾ, ਜਿਹਨਾਂ ਨੇ 433 ਜ਼ਖਮੀ ਕੀਤੇ ਆ, ਜਿਹਨਾਂ ਨੇ ਡਰੋਨ ਚਲਾਏ ਆ, ਜਿਹਨਾਂ ਨੇ ਰਬੜਾਂ ਵਾਲੀਆਂ ਚਲਾਈਆਂ ਵਾ, ਜਿਹਨਾਂ ਨੇ ਸ਼ਾਟ ਚਲਾਈਆਂ ਵਾ, ਸ਼ਾਟ ਗੰਨਾਂ ਚਲਾਈਆਂ ਵਾ, ਜਿਹਨਾਂ ਨੇ ਸਰਦਾਰ ਦੇ ਪੈਰ ਕੀਤੇ ਲੋਕਾਂ ਦੇ, ਸਾਨਾ ਤੇ ਰਿਪੂਆ ਦੇ ਸ਼ਾਟ ਦੇ ਕੇ ਉਹਨਾਂ ਨੂੰ ਸਨਮਾਨਿਤ ਕਰਨਾ ਸ਼ੇਰ ਪਾ ਗਿਆ ਨੂੰ ਸਰਕਾਰ ਦੇ ਕਰੀ ਆ।
ਉਹਨਾਂ ਨੂੰ ਕਰਨਾ ਪਈ ਕਿ ਇਹ ਦੱਸੋ ਇਹ ਕੋਈ ਲੋਕਤੰਤਰ ਆ? ਲੋਕਤੰਤਰ ਦੇ ਵਿੱਚ ਇਤਰਾ ਹੁੰਦਾ ਹੁੰਦਾ ਵਾ ਕਿ ਆਪਣਾ ਇੱਕ ਆਪਣੇ ਲੋਕ ਕਿਸਾਨ ਮਜ਼ਦੂਰ ਜਿਹੜਾ ਪੀੜਤ ਰਿਹਾ ਉਹ ਆਪਣੀ ਹੱਕੀ ਮੰਗਾਂ ਲਈ ਰੋਸ ਪ੍ਰਦਰਸ਼ਨ ਕਰਨ ਦਿੱਲੀ ਰਾਜਧਾਨੀ ਦੇਸ਼ ਦੀ ਜਾਣਾ ਚਾਹੁੰਦੇ ਹੁਣ ਉਹਨਾਂ ਨੂੰ ਗੋਲੀਆਂ ਚਲਾ ਕੇ ਮਾਰਨ, ਜ਼ਖਮੀ ਕਰਨ, ਉਹਨਾਂ ਦੀ ਸ਼ਤਰ ਕਰਨ, ਲੁੱਟ ਨੂੰ ਕਰਨ, ਜ਼ਬਰ ਕਰਨ, ਉਹਨਾਂ ਨੂੰ ਸਰਕਾਰ ਰਾਸ਼ਟਰਪਤੀ ਸਿਫਾਰਿਸ਼ ਕਰੇ ਹਰਿਆਣੇ ਦੀ ਸਰਕਾਰ ਅਤੇ ਕੇਂਦਰ ਦੀ ਸਰਕਾਰ ਦੇ ਰਾਹੀਂ ਇਹਨਾਂ ਨੂੰ ਮੈਡਲ ਦਿੱਤੇ ਜਾਣ। ਇਹ ਕੋਈ ਸਵਾਲ ਪੈਦਾ ਨਹੀਂ ਹੁੰਦਾ ਇਹ ਲੋਕਤੰਤਰ 'ਚ ਹੁੰਦਾ ਕੁਛ? ਲੋਕਾਂ ਦਾ ਮਤਲਬ ਲੋਕਾਂ ਦਾ ਰਾਜ, ਲੋਕਾਂ ਦਾ ਤੰਤਰ, ਲੋਕਾਂ ਲਈ ਆਉਣ ਦੀ ਪੀਪਲ, ਫਾਰ ਦੀ ਪੀਪਲ, ਬਾਈ ਦੀ ਪੀਪਲ ਹੈਗਾ ਵਾ। ਇਹ ਕੀ ਹੈ ਮੇਰੇ ਵੀਰੋ ਜੋ ਇਹ ਕਰ ਰਹੇ ਆ? ਸਾਨੂੰ ਇਹ ਭੁਲੇਖਾ ਕੋਈ ਨਹੀਂ ਹੈਗਾ ਕਿ ਇਹਨਾਂ ਨੇ ਕਰਨਾ ਸੀ, ਇਹਨੇ ਕਰਨਾ ਸੀ। ਜਿਹੜਾ ਇਹ ਰਾਜਤੰਤਰ ਆ, ਡੰਡਾ ਤੰਤਰ ਆ, ਇਹ ਕੋਈ ਆ ਸਕੀ ਜਾ ਸਕਦੀ? ਸਾਡੇ ਨੂੰ ਕੋਈ ਭਰੋਸਾ ਨਹੀਂ ਸੀ ਫਿਰ ਨਹੀਂ ਕਰਨਗੇ, ਕਰਨਗੇ ਸਾਰਾ ਕੁਛ, ਹੋਰ ਬੜਾ ਕੁਛ ਕਰਨਗੇ। ਇਹ ਕੋਈ ਨਵਾਂ ਥੋੜਾ ਕਰਨ ਲੱਗੇ ਆ, ਇਹ ਤਾਂ ਪਿਛਲੇ 75 ਸਾਲਾਂ ਤੋਂ ਕਰ ਰਹੇ ਤੇ ਚੱਲ ਕੀਤਾ ਨਾ। ਕਿੰਨੇ ਲੋਕਾਂ ਦਾ ਜੁਰਮ ਹੋਇਆ, ਜਬਰ ਹੋਇਆ ਹਿੰਦੁਸਤਾਨ ਦੇ ਵਿੱਚ, ਥਾਂ ਥਾਂ ਰੋਜ਼ ਹੋ ਰਿਹਾ, ਉਹਨਾਂ ਨੂੰ ਸਨਮਾਨਿਤ ਕਰ ਰਹੇ ਆ, ਉਹਨਾਂ ਦੇ ਕਾਰਨ ਵੀ ਕਰ ਰਹੇ ਕੋਈ? ਪਹਿਲੇ ਨਹੀਂ ਕਰਦਾ ਰਿਹਾ ਫਿਰ ਇਹਦਾ ਫਰਕ ਕੀ ਹੈ? ਯਕੀਨ ਖਾਂ ਨਹੀਂ ਕਰਦਾ ਰਿਹਾ, ਅਮੀਰ ਮੈਨੂੰ ਨਹੀਂ ਕਰਦਾ ਰਿਹਾ ਸਨਮਾਨਿਤ, ਜਿਹਨਾਂ ਨੇ ਜੁਰਮ ਤੇ ਜਬਰ ਕੀਤੇ ਆ, ਜਿਹਨਾਂ ਨੇ ਬੀਬੀਆਂ ਦੇ ਗਲਾਂ 'ਚ ਬੱਚਿਆਂ ਦੇ ਹਾਰ ਪਾਏ ਆ, ਟੋਟੇ ਕਰਾਏ ਆ, ਟੋਟੇ ਕਰਾ ਕੇ ਝੋਲੇ ਪਾਏ ਬੱਚੇ, ਨੇਚਿਆਂ ਦੇ ਟੰਗੇ ਆ, ਗੱਡਿਆਂ ਦੇ ਗੱਡੇ ਲੱਦ ਕੇ ਲਾਹੌਰ ਨੂੰ ਜਾਂਦੇ ਰਹੇ ਆ, ਉਹ ਨਹੀਂ ਸਗੋਂ ਉਹਨਾਂ ਨੂੰ ਸਨਮਾਨਿਤ ਨਹੀਂ ਕਰਦੇ ਰਹੇ। ਜਹਾਂਗੀਰ ਨੇ ਕੀਤਾ, ਨੇ ਕੀਤੇ, ਅੰਗਰੇਜ਼ਾਂ ਨੇ ਕੀਤੇ, ਤੇ ਫਿਰ ਇਹ ਕਰ ਰਿਹਾ ਤੇ ਫਿਰ ਕੀ ਫਰਕ ਹੈ ਬਈ? ਕੀ ਫਰਕ ਆ? ਇਹ ਕੀ ਖਾਸਾ ਵਾ? ਇਹ ਕੀ ਖਸਲ? ਤੇ ਇਹਨਾਂ ਦੀ ਖਸਲ ਸਮਝਣ ਦੀ ਲੋੜ ਆ? ਇਹਨਾਂ ਦੀ ਖਸਲ ਸਮਝੋ, ਇਹ ਕਰਨਗੇ ਸਾਰਾ ਕੁਛ, ਕਰਨਗੇ ਉਹਨਾਂ ਨੂੰ ਜੋ ਕਰਦੇ ਆ, ਕਰਨ ਸਨਮਾਨ ਕਰੋ ਜਿਹਦਾ ਸਨਮਾਨ ਕਰਨਾ। ਹੋਰ ਤੁਹਾਡੇ ਤੋਂ ਕੀ ਜਿਹੜਾ ਰੱਖੀ ਜਾਗਦੀ ਨੀਂਦ ਵਿੱਚ ਰੱਖੀ ਜਾ ਸਕਦੀ? ਆਹ ਕਰੋ ਕਰੋ, ਲੋਕ ਵੇਖਣਗੇ, ਲੋਕ ਵੇਖਣਗੇ ਕਿ ਜਿਹਨਾਂ ਦਾ ਤੁਸੀਂ ਸਨਮਾਨ ਕਰ ਰਹੇ ਜੋ ਇਹਨਾਂ ਇੱਕ ਤਰ੍ਹਾਂ ਜਿੱਤਣਾ, ਧਾਰਨਾ ਇੱਕ ਤਰ੍ਹਾਂ ਜਿੱਤਣਾ, ਲੋਕ ਤੈਅ ਕਰਨਗੇ ਆਉਣੇ ਸਮੇਂ 'ਚ। ਕਰਦੇ ਹੁੰਦੇ ਆ, ਅੱਜ ਨਵਾਂ ਨਹੀਂ ਗਾ, ਇਤਿਹਾਸ ਕਰਦੇ ਰਹੇ ਆ। ਇਸਦੇ ਨਾਲ ਆ ਜਿਹੜਾ ਆ ਗੱਲ ਆ ਰਹੀ ਹੈ ਕਿ ਪਾਰਲੀਮੈਂਟ ਦੇ ਵਿੱਚ, ਆ ਪਾਰਲੀਮੈਂਟ ਜਿਹੜੀ ਗੋਲ ਪਰਬਤ ਜਿੱਥੇ ਤੁਹਾਡੇ ਵਿਰੁੱਧ ਨੀਤੀਆਂ ਬਣਦੀਆਂ ਮੇਰੇ ਵੀਰੋ, ਜਿੱਥੇ ਤੁਹਾਡੇ ਹੱਕ ਕੁਚਲੇ ਜਾਂਦੇ ਆ, ਕਿੱਥੇ ਤੁਹਾਡੇ ਅਨੁਮਾਨ ਪਾਏ ਜਾਂਦੇ ਆ, ਕਿੱਥੇ ਤੁਹਾਡੀਆਂ ਜ਼ਮੀਨਾਂ ਗੁਣ ਦੇ ਫੈਸਲੇ ਹੁੰਦੇ ਆ, ਕਿੱਥੇ ਤੁਹਾਡੀ ਤਬਾਹੀ ਦੇ ਫੈਸਲੇ ਹੁੰਦੇ ਆ, ਕਿੱਥੇ ਤੁਹਾਡਾ ਵੋਟੀਆਂ ਤੁਹਾਡੀਆਂ ਵੋਟੀਆਂ ਲੋਚੀਆਂ ਜਾਂਦੀਆਂ, ਤੁਹਾਡਾ ਲਹੂ ਕੀਤਾ ਜਾਂਦਾ। ਉਹ ਪਾਰਲੀਮੈਂਟ ਦੇ ਵਿੱਚ ਖੜ ਕੇ ਸਿਮਰਨ ਚੌਹਾਨ ਨੇ ਅਮਰੋਦੀ ਪਾਰਟੀਆਂ ਨੂੰ ਮਿਲ ਕੇ ਸਾਡੇ ਆਦਮ ਸਾਹਿਬਾਨ
ਉਹਦੇ ਕਹਿ ਕੇ ਆਇਆ ਆਪਣਾ ਪ੍ਰਾਈਵੇਟ ਮੈਂਬਰ ਬਿੱਲ ਲੈ ਕੇ ਆਏ ਹੋ, ਜਾਂਦਾ ਕਿ ਕਹਿੰਦੇ ਨਹੀਂ ਲਿਆਉਣਗੇ, ਹਾਸਾ ਉਹਨਾਂ ਦਾ ਕੋਈ ਫਰਕ ਨਹੀਂ ਹੈਗਾ। ਸਾਰੇ ਕਿਹਾ ਜਦੋਂ ਉੱਥੇ ਗੱਲ ਮਾਲ ਪਾਣੀ ਤੋਂ ਗਾਈ ਵਿਰੋਧੀ ਪਾਰਟੀ ਵਾਲਿਆਂ ਨੇ ਕਾਨੂੰਨ ਦੀ ਡਾਕਟਰ ਸਵਾਮੀ ਨਹੀਂ ਕਰ ਸਕਦੇ, ਅਸੀਂ ਡਾਕਟਰ ਸਵਾਮੀ ਨਾਲ ਕਮੇਟੀ ਰਿਪੋਰਟ ਲਾਗੂ ਨਹੀਂ ਕਰ ਸਕਦੇ, ਕਿਉਂ ਨਹੀਂ ਕਰ ਸਕਦੇ ਇਹ ਵੀ ਦੱਸਦਾ ਤੁਹਾਨੂੰ, ਕਿਉਂ ਨਹੀਂ ਕਰ ਹੁੰਦਾ, ਕਿਉਂ ਨਹੀਂ ਕਰ ਸਕਦੇ ਇਹ ਵੀ ਉਹਨੇ ਦੱਸਿਆ। ਜਿਹੜਾ ਇੱਥੇ ਸਾਡੇ ਆਗੂ ਸਾਹਿਬ ਹੁੰਦਾ, ਮੈਂ ਤੁਹਾਨੂੰ ਕਈ ਵਾਰ ਦੱਸ ਕੇ ਗਿਆ, ਕੀ ਦੱਸਦਾ ਸ਼ਿਵਰਾਜ ਚੌਹਾਨ, ਸ਼ਿਵਰਾਜ ਚੌਹਾਨ ਕਹਿੰਦਾ ਵੀ ਬਾਈ WTO ਦੇ ਵਿੱਚ ਵਿਸ਼ਵ ਪਰ ਸੰਸਥਾ ਦੇ ਅੱਗੇ ਗੋਡੇ ਦੇ ਕੇ ਮਨਮੋਹਨ ਸਿੰਘ ਦਾ ਸਾਬਕਾ ਪ੍ਰਧਾਨ ਮੰਤਰੀ ਦੇਤਾ ਲਿਖ ਕੇ ਦੇ ਕੇ ਆਇਆ ਵੀ ਅਸੀਂ ਮੰਡੀਆਂ ਤੋੜਾਂਗੇ, ਅਸੀਂ ਮੰਡੀਆਂ ਕਾਰਪੋਰੇਟ ਦੇ ਵਾਲੇ ਕਰਾਂਗੇ, ਖੇਤੀ ਮੰਡੀਆਂ ਹਿੰਦੁਸਤਾਨ ਦੀਆਂ ਪੰਜਾਬ ਦੀਆਂ, ਤੇ ਅਸੀਂ ਜਿਹੜੀ ਜ਼ਮੀਨ ਆ ਉਹ ਕਾਰਪੋਰੇਟ ਦੇ ਵਾਲੇ ਕਰਾਂਗੇ, 7 ਕਰੋੜ ਕਿਸਾਨ ਦੇ ਕੇ ਖੇਤੀ ਚੋਂ ਬਾਹਰ ਕਰਾਂਗੇ, ਸਰਦੀ ਦੇ ਵਿੱਚ ਤਬਦੀਲ ਕਰਾਂਗੇ, ਲਿਖ ਕੇ ਦਿੱਤਾ ਆ, ਲਿਖ ਕੇ ਦਿੱਤਾ ਆ ਮਨਮੋਹਨ ਸਿੰਘ ਨੇ, ਉਹਦੇ ਉੱਤੇ ਸਾਹਿਬ ਮੋਦੀ ਹੋਣ ਦੇ ਹੋਏ 10 ਸਾਲ ਉਹਨੂੰ ਹੋ ਗਏ, ਆਹ ਵਜ੍ਹਾ ਦੱਸੀ ਉਹਨੇ, ਇਹ ਵਜ੍ਹਾ ਤਾਂ ਅਸੀਂ ਤੁਹਾਨੂੰ ਉਹੀ ਦੱਸ ਰਹੇ ਹਾਂ ਜਿਹਨਾਂ ਤੁਹਾਨੂੰ ਇੱਥੇ ਲਿਆਂਦਾ ਸੀ, ਉਹਦਾ ਵੀ ਮੈਂ ਦੱਸ ਕੇ ਲਿਆਂਦਾ ਸੀ। ਪੰਜਾਬ ਇਹ ਲੜਾਈ ਇਕੱਲੇ ਦੇਸ਼ ਦੇ ਆਗੂਆਂ ਨੇ ਨਹੀਂ, ਜਿਹੜੇ ਸੇਵਾਦਾਰ ਬਣ ਕੇ ਬੀਤੇ ਹੋਏ ਆ, ਜਿਹੜੇ ਦਲਾਲੀ ਕਰਦੇ ਆ ਕਾਰਪੋਰੇਟ ਦੀ, ਉਹਨਾਂ ਸਾਮਰਾਜੀ ਸੰਸਥਾਵਾਂ ਦੀ, ਸਿਰਫ ਉਹਨਾਂ ਨਾਲ ਲੜਾਈ ਨਹੀਂ, ਉਹਨਾਂ ਤੋਂ ਅੱਗੇ ਕਿਤੇ ਲੜਾਈ ਆ, ਜਿਹੜੇ ਕਾਰਪੋਰੇਟ ਦੇਸ਼ੀ ਵਿਦੇਸ਼ੀ ਉਹਨਾਂ ਦੇ ਮਗਰ ਸਾਮਰਾਜੀ ਸੰਸਥਾਵਾਂ ਚਲੋਤੀਆਂ ਹੋਈਆਂ, ਮੁਦਰਾ ਫੰਡ WTO, ਵਿਸ਼ਵ ਬੈਂਕ, ਅਮਰੀਕੀ ਸਾਮਰਾਜ, ਉਹ ਖੜਾ ਵਾ ਮੇਰੇ ਵੀਰੋ, ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਨਾਲ ਮੋਦੀ ਚੱਲ ਰਿਹਾ, ਮਨਮੋਹਨ ਤੋਂ ਪਹਿਲਾਂ ਚੱਲਦਾ ਰਿਹਾ, ਉਹ ਤੋਂ ਪਹਿਲਾਂ ਜਿੰਨੇ ਚੱਲਦੇ ਰਹੇ ਜਿਹਨਾਂ ਨੇ ਤੁਹਾਡੀਆਂ ਬੇੜੀਆਂ ਮਿਲੀਆਂ ਹੁਣ ਤੱਕ, ਜਿਹੜਾ ਗਾਂ ਕੋਈ ਆਊਗਾ ਗਾਂ ਮੋਦੀ ਤਾਂ ਦੇ, ਕੱਲ ਨੂੰ ਕੋਈ ਹੋਰ ਆ ਜਾਏ ਉਹ ਵੀ ਉਸੇ ਜਿਹਦੇ ਚੱਲੂਗਾ, ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ। ਪੰਜਾਬ ਚ ਬਾਦਲ ਸੀ ਕਾਰਪੋਰੇਟ ਦਾ ਦਲਾਲ ਸੀ, ਮਰਿੰਦਰ ਸਿੰਘ ਕਾਰਪੋਰੇਟ ਦਾ ਦਲਾਲ ਸੀ, ਆੜਾ ਬੈਠਾ ਨਾ ਜਾ ਜਾ ਇਹਦੀ ਕਾਰਪੋਰੇਟ ਦਾ ਦਲਾਲ ਆ, ਕੀ ਭੁਲੇਖਾ ਤੁਹਾਨੂੰ ਕੋਲ ਹੈ, ਕੀ ਇਹ ਕਰੂਗਾ, ਇਹਦੇ ਇੱਥੇ ਲਾਇਆ ਜਾਂਦਾ ਇਹਦੇ ਘਰ ਲਾਗੇ ਜਾ ਕੇ ਲਾਉਂਦੇ ਨੇ ਤਾਂ ਵੀ ਜਾ ਲੈਣਾ ਸੀ, ਉੱਥੇ ਲਾਉਂਦੇ ਨਾ ਡਾਕਾ ਇਹਨੇ ਉੱਥੇ ਵੀ ਜਾ ਲੈਣਾ ਸੀ, ਇਹਦੇ ਪੱਲੇ ਕੀ ਹੈ। ਇਸ ਕਰਕੇ ਇਹਨਾਂ ਨੂੰ ਸਮਝੋ, ਇਹ ਮੇਰੇ ਵੀਰੋ ਸਕੇ ਭਰਾ ਵਾ, ਸਕੇ ਭਰਾ ਤੁਹਾਡੀ ਲੁੱਟ ਦੇ ਵਿੱਚ ਸ਼ਾਮਿਲ ਆ, ਤੁਹਾਡੀ ਲੁੱਟ ਨਹੀਂ ਕਰਦੇ ਤੁਹਾਨੂੰ ਕੁੱਟਦੇ ਆ, ਤੁਹਾਡਾ ਸਾਰਾ ਆਉਣਾ ਸੱਭਿਆਚਾਰ ਆਉਣਾ ਜਿਸਾ ਤਬਾਹ ਕਰਨ ਦੇ ਤੁਲੇ ਹੋਏ ਆ, ਤੁਹਾਡੇ ਬੱਚੇ ਤਬਾਹ ਕਰਨ ਦੇ ਤੁਲੇ ਹੋਏ ਆ। ਜਿਹੜਾ ਸ਼ਿਵਰਾਜ ਚੌਹਾਨ ਬੋਲਿਆ ਅਗਲੇ ਦਿਨ ਮੋਦੀ ਬੋਲਿਆ ਉੱਥੇ ਪਾਰਲੀਮੈਂਟ, ਕੀ ਬੋਲਦਾ ਵਾ ਮੋਦੀ, ਕੀ ਬੋਲਦਾ ਮੋਦੀ, ਕੀ ਬੋਲਦਾ ਵਾ ਮੋਦੀ, ਬੋਲਦਾ ਕਿ ਅਸੀਂ ਬਜਟ ਦੇ ਵਿੱਚ ਛੋਟਾਂ ਦਿੱਤੀਆਂ ਜਿਹੜੀਆਂ ਪੂੰਜੀ ਨਿਵੇਸ਼ ਵਾਸਤੇ, ਪੂੰਜੀ ਨਿਵੇਸ਼ ਵਾਸਤੇ ਛੋਟਾਂ ਦਿੱਤੀਆਂ ਬਾਹਰ ਦੇ ਨਿਵੇਸ਼ਕਾਰਾਂ ਨੂੰ, ਕਾਰਪੋਰੇਟਾਂ ਨੂੰ, ਸੰਤਕਾਰਾਂ ਨੂੰ, ਇੱਥੇ ਸਾਡੇ ਦੇਸ਼ ਚ ਆਣ ਕੇ ਆਪਣਾ ਪੂੰਜੀ ਨਿਵੇਸ਼ ਕਰੋ,
ਇਹ ਕਰਕੇ ਬਾਜਾਂ ਅਸੀਂ ਅਸੀਂ ਜਿਹੜੀਆਂ ਛੋਟਾਂ ਦਿੱਤੀਆਂ ਵਾ। ਪ੍ਰਧਾਨ ਮੰਤਰੀ ਬੋਲ ਰਿਹਾ ਕਿ ਸਾਡੇ ਦਿਲ 'ਚ ਬਹੁਤ ਮੌਕੇ ਆ, ਆਓ ਲੁੱਟੋ ਦਿਲ ਦੇ ਖਜ਼ਾਨੇ ਸਾਰੇ, ਲੈ ਜਾਓ ਲੁੱਟ ਕੇ ਸੋਨਾ ਚਾਂਦੀ ਲੋਹਾ, ਲੈ ਜਾਓ ਲੁੱਟ ਕੇ ਬਾਕਸੜ ਦੀਆਂ ਗਾਣਾ, ਲੈ ਜਾਓ ਲੁੱਟ ਕੇ ਜੰਗਲ ਜ਼ਮੀਨ, ਲੈ ਜਾਓ ਜੋ ਸੋਨਾ ਚਾਂਦੀ ਆ, ਲੈ ਜਾਓ ਸਭ ਲੁੱਟ ਕੇ, ਕਰ ਲਓ ਆਣ ਕੇ ਜੰਤਰਦਾਰਾਂ ਦੇ ਕਬਜ਼ੇ, ਕਰ ਲਓ ਰੇਲਵੇ ਦੇ ਕਬਜ਼ੇ, ਕਰ ਲਓ ਬੀਮਾ ਬੀਮਾ ਕੰਪਨੀ ਦੇ ਕਬਜ਼ੇ LIC ਦੇ, ਕਰ ਲਓ ਸੜਕਾਂ ਦੇ ਕਬਜ਼ੇ, ਕਰ ਲਓ ਬਿਜਲੀ ਦੇ ਕਬਜ਼ੇ, ਕਰ ਲਓ ਸਕੂਲਾਂ ਦੇ ਹਸਪਤਾਲ ਦੇ ਕਬਜ਼ੇ ਕਰਾਤੇ ਆ, ਪਹਿਲਾਂ ਹੀ ਕਰਾਤੇ ਹੋਏ ਆ, ਬਾਕੀ ਨਹੀਂ ਦੇ ਕਰ ਲਓ। ਆਵਾਜ਼ਾਂ ਮਾਰ ਰਿਹਾ ਮੇਰੀ, ਆਵਾਜ਼ਾਂ ਮਾਰ ਰਿਹਾ ਕਾਰਪੋਰੇਟ ਸਿਸਟਮ ਜਿਹੜਾ ਵਾ ਉਹਨੂੰ ਤੁਹਾਡੇ ਦੇਸ਼ 'ਚ ਲਾਗੂ ਕਰਤਾ। ਪੂਰੀ ਦੁਨੀਆਂ 'ਚ ਕੀਤਾ, ਪਹਿਲਾਂ ਬੰਦਿਆਂ ਨੂੰ ਕੀ ਬਣਾਤਾ, ਸਾਡੇ ਗੁਰੂ ਸਾਹਿਬ ਆਉਂਦੇ ਬੰਦੇ ਮਨੁੱਖ ਬਣਾਉਣੇ ਆ, ਉਹਨਾਂ ਕੀ ਬਣਾਇਆ ਪਹਿਲੇ 500-550 ਸਾਲ 'ਚ, ਜਾਂ 30 ਸਾਲ ਤੋਂ 40 ਸਾਲ ਤੋਂ 90 ਤੋਂ ਬਾਅਦ ਜਿਹੜੀਆਂ ਦਾਰੀ ਕਰਨੀਆਂ ਨੀਤੀ ਕਰਨੀਆਂ ਸੰਸਾਰੀ ਕਰਦੀਆਂ ਨੀਤੀਆਂ ਤੁਹਾਡੇ ਲਾਗੂ ਕੀਤੀਆਂ ਮਨਮੋਹਨ ਸਿੰਘ ਨੇ, ਉਹ ਤਾਂ ਸਭ ਚੱਲ ਰਹੇ ਆ, ਇਹਨਾਂ ਨੇ ਕੀ ਬਣਾਤਾ ਤੁਹਾਡਾ, ਇਹਨਾਂ ਨੇ ਮੇਰੇ ਵੀਰੋ ਜਿਹੜਾ ਸੱਭਿਆਚਾਰ ਪੈਦਾ ਕਰਤਾ, ਖੱਪ ਸੱਭਿਆਚਾਰ, ਖੱਪ ਸੱਭਿਆਚਾਰ ਜਿਹਨਾਂ ਨੇ ਤੁਹਾਡਾ ਸਾਰਾ ਕੁਛ ਤਬਾਹ ਕਰਤਾ। ਬੰਦੇ ਨੂੰ ਕੀ ਬਣਾਤਾ, ਪਸ਼ੂ ਬਣਾਤਾ, ਪਸ਼ੂ ਜਾਨਵਰ ਬਣਾਤਾ, ਪਸ਼ੂ ਬਣਾਤਾ, ਜਿਹਨੂੰ ਕੋਈ ਸਮਝ ਨਹੀਂ ਜਿਹਦਾ ਕੰਮ ਕੀ ਆ, ਖਾਣਾ ਖਾਣਾ ਸੌਣਾ ਤੇ ਨਾਲ ਕੇ ਖਾਣਾ ਖਾਣਾ ਸੌਣਾ ਤੇ ਅਗਣਾ, ਇਹ ਤੋਂ ਬਗੈਰ ਕੋਈ ਕੰਮ ਨਹੀਂ ਬਣਦਾ ਰਹਿਣ। ਪਸ਼ੂ ਬਣਾਤਾ, ਪਸ਼ੂ ਪਸ਼ੂ ਵਿਰਤੀ ਪੈਦਾ ਕਰਤੀ, ਉਹਨੂੰ ਕਿਹੜਾ ਕੋਈ ਲਿਹਾਜ਼ ਨਹੀਂ, ਕੋਈ ਉਹਦਾ ਭਾਈਚਾਰਾ ਨਹੀਂ, ਕੋਈ ਕਿਹੜਾ ਦੁੱਖ ਨਹੀਂ, ਉਹ ਸਵਾਰਥ ਬਣਾਤਾ, ਸਵਾਰਥ ਹੀ ਬਣਾਤਾ, ਦੂਜੇ ਵੀ ਉੱਠ ਕੇ ਮੇਰੇ ਘਰ ਆ ਗਏ ਸਾਰਾ ਕੁਛ। ਤੂੰ ਆ ਗੁਰੂ ਸਾਹਿਬ ਕੀ ਸਿਖਾਉਂਦੇ ਆ, ਉਹ ਸਿਖਾਉਂਦੇ ਆ ਵੀ ਸਾਡਾ ਜਿਹੜਾ ਸਾਡੇ ਜਿਹੜੇ ਸਿੱਖ ਆ ਜਾਂ ਸਾਡੇ ਜਿਹੜੇ ਸਿੰਘ ਆ ਜਾਂ ਜਿਹੜੇ ਲੋਕ ਆ ਸਾਨੂੰ ਮੰਨਣ ਵਾਲੇ, ਸਾਡੀ ਵਿਚਾਰਧਾਰਾ ਨੂੰ, ਸਾਡੇ ਫਲਸਫੇ ਨੂੰ, ਗੁਰੂ ਸਾਹਿਬ ਦੇ ਨੂੰ, ਉਹ ਕਿਹੋ ਜਿਹੇ ਹੋਣਗੇ, ਉਹ ਹੋਣਗੇ ਕਿਰਤ ਕਰਨਗੇ, ਕਿਰਤ ਕਰਕੇ ਵੰਡ ਕੇ ਛੱਡਣਗੇ, ਨਾਮ ਜਪਣਗੇ, ਗਿਆਨ ਪ੍ਰਾਪਤ ਕਰਨਗੇ। ਗੁਰੂ ਸਾਹਿਬ ਆ ਕਹਿ ਰਹੇ ਆ, ਉਹ ਕਹਿੰਦੇ ਲੋਕਾਂ ਦੀ ਕਿਰਤ ਲੁੱਟ ਕੇ ਸਾਡੇ ਘਰ ਆ ਜੇ, ਆ ਸੱਭਿਆਚਾਰ ਤੁਹਾਡੇ ਦੇਸ਼ 'ਚ ਪੈਦਾ ਕਰਤਾ। ਮਸ਼ੀਨ ਬਣਾਤੇ ਬੰਦੇ, ਤੁਹਾਡੇ ਬੱਚਿਆਂ ਨੂੰ, ਤੁਹਾਡੇ ਸੱਭਿਆਚਾਰ ਨੂੰ, ਤੁਹਾਡੇ ਗੁਰੂਆਂ ਨੂੰ, ਤੁਹਾਡੇ ਦੇਸ਼ ਭਗਤਾਂ ਨੂੰ ਤੋੜ ਕੇ ਰੱਖਤਾ, ਤੁਹਾਡੀ ਬੋਲੀ ਤਬਾਹ ਕਰਤੀ, ਤੁਹਾਡਾ ਸਾਰਾ ਕੁਛ ਤਬਾਹ ਕਰਤਾ, ਪਾਣੀ ਤਬਾਹ ਕਰਤਾ, ਹਵਾ ਤਬਾਹ ਕਰਤੀ, ਧਰਤੀ ਤਬਾਹ ਕਰਤੀ। ਪੰਜ ਚੀਜ਼ਾਂ ਗੁਰੂ ਸਾਹਿਬ ਕਹਿੰਦੇ ਆ, ਪੰਜ ਚੀਜ਼ਾਂ ਕਹਿੰਦੇ ਆ ਗੁਰੂ ਸਾਹਿਬ, ਬੰਦੇ ਜੋੜ ਚਾਹੀਦੀਆਂ ਸਿਰਫ ਪੰਜ ਚੀਜ਼ਾਂ, ਉਹ ਕੁਦਰਤੀ ਚੀਜ਼ਾਂ ਵਾ, ਕੁਦਰਤੀ ਲੋੜਾਂ ਕੀ ਆ, ਕੁਦਰਤੀ ਲੋੜਾਂ ਕੀ ਆ ਬੰਦੇ ਦੀਆਂ ਕੁਦਰਤੀ ਲੋੜਾਂ ਕੀ ਆ, ਸਿਰਫ ਪੰਜ ਚੀਜ਼ਾਂ ਵਾ, ਸ਼ੁੱਧ ਖਾਣਾ, ਸ਼ੁੱਧ ਹਵਾ, ਸ਼ੁੱਧ ਧਰਤੀ, ਸ਼ੁੱਧ ਪਾਣੀ, ਸ਼ੁੱਧ ਔਰਤ ਮਰਦਾ ਰਿਸ਼ਤਾ, ਇਹ ਪੰਜ ਚੀਜ਼ਾਂ ਜ਼ਰੂਰੀ ਆ ਬੰਦੇ ਵਾਸਤੇ। ਅੱਜ ਕੀ ਆ, ਗੈਰ ਕੁਦਰਤੀ ਲੋੜਾਂ ਬੰਦੇ 'ਚ ਪੈਦਾ ਕਰਤੀਆਂ ਉਹਨਾਂ ਨੇ, ਗੈਰ ਕੁਦਰਤੀ ਲੋੜਾਂ ਦੇ ਨਾਲ ਅਸੀਂ ਮਨ ਦੀ ਜਿਹੜੀ ਚੈਨ ਗਵਾਲੀ, ਮਨ ਦੀ ਸ਼ਾਂਤੀ ਗਵਾਲੀ, ਸਭ ਦਾ ਤਬਾਹ ਕਰ ਲਿਆ, ਬਿਮਾਰ ਹੋ ਗਏ, ਕਿਰਤ ਸ਼ਰਾਰਤੀ ਸਾਡੀ ਮਸ਼ੀਨੀ ਕਰਨ ਕਰਤਾ। ਇਹ ਪਹਿਲੇ ਇਨਕਲਾਬ ਨਾਲ ਲੈ ਕੇ ਆਏ ਆ, ਜਿਹਨੂੰ ਸਾਇਨਿਕ ਖੇਤੀ ਮਾਰ ਕਹਿੰਦੇ ਆ, ਕਾਰਪੋਰੇਟ ਖੇਤੀ ਮਾਰ ਲਿਆ, ਉਹਨੇ ਤਬਾਹੀ ਕੀਤੀ, ਸਾਡਾ ਸਾਰਾ ਕੁਛ ਤੋੜਤਾ, ਪਿੰਡਾਂ 'ਚ ਸਾਡਾ ਭਾਈਚਾਰਾ ਤੋੜਤਾ, ਸਾਡਾ ਸਾਰਾ ਕੁਛ ਤੋੜਤਾ, ਸਾਨੂੰ ਤਬਾਹ ਕਰਤਾ। ਤਬਾਹ ਕਰਕੇ ਕੀ ਕਰਨਗੇ,
ਤੁਹਾਡੇ ਸਾਰੇ ਘਰ ਦੇ ਕਬਜ਼ੇ ਕਰਨੇ ਆ, ਜ਼ਮੀਨ ਤੇ ਕਬਜ਼ਾ ਕਰਨ ਦੀ ਤਿਆਰੀ, ਤੁਹਾਡੇ ਜ਼ਮੀਨ ਤੇ ਕਬਜ਼ਾ ਕਰਨ ਦੀ। ਇਸ ਕਰਕੇ ਨਸਲ ਦੇ ਗੜੀਆ ਕਾਨੂੰਨ ਨਹੀਂ ਬਣ ਰਿਹਾ, ਇਸ ਕਰਕੇ ਇਹ ਸਾਰਾ ਪ੍ਰਬੰਧ ਕਿਸਾਨ ਤੇ ਮਜ਼ਦੂਰ ਦੇ ਗੁੱਸਾ ਦੇ ਵਿਰੋਧ ਚੱਲ ਰਿਹਾ ਵਾ। ਅੱਜ ਲੋੜ ਕੀ ਆ ਸਾਨੂੰ, ਅੱਜ ਲੋੜ ਕੀ ਆ, ਇਹਨਾਂ ਗੱਲਾਂ ਨੂੰ ਸਮਝ ਨਹੀਂ ਲੋੜ ਆ, ਇਸ ਕਾਰਪੋਰਟ ਨੂੰ ਸਮਝ ਨਹੀਂ ਲੋੜ ਆ, ਇਹ ਦੇਸ਼ ਦੇ ਆਤਮਾ ਨੂੰ ਦਲਾਲਾਂ ਨੂੰ ਸਮਝ ਨਹੀਂ ਲੋੜ ਆ। ਗਰੀਬ ਇਹਦੇ ਖਿਲਾਫ਼ ਕੀ ਕਰਨਾ ਪਊਗਾ, ਕਿੱਥੇ ਜਾਣਾ ਪਊਗਾ, ਕੀ ਰਾਜ ਆ ਸਾਡੇ ਕੋਲ, ਕਿਹੜੀ ਗਰਾਊਂਡ ਆ ਸਾਡੇ ਕੋਲ, ਗਰਾਊਂਡ ਆ ਪਿੰਡ, ਸਾਨੂੰ ਪਿੰਡਾਂ 'ਚ ਜਾਣਾ ਪਊਗਾ, ਸਾਨੂੰ ਪਿੰਡਾਂ 'ਚ ਜਾਣਾ ਪਊਗਾ, ਸਾਨੂੰ ਪਿੰਡਾਂ ਜਿੱਥੇ ਲੋਕ ਰਹਿੰਦੇ ਆ, ਜਿਹਨਾਂ ਦਾ ਸਾਰਾ ਕੁਝ ਵਾਪਰ ਰਿਹਾ ਵਾ, ਜਿਹਨਾਂ ਦਾ ਸਾਰਾ ਕੁਝ ਤਬਾਹ ਹੋ ਰਿਹਾ ਵਾ, ਉਹਨਾਂ 'ਚ ਜਾਣਾ ਪਊਗਾ। ਉੱਥੇ ਪਿੰਡਾਂ 'ਚ ਕਿਸਾਨਾਂ, ਮਜ਼ਦੂਰਾਂ, ਨੌਜਵਾਨ ਬੀਬੀਆਂ ਕਸਬਿਆਂ ਜਾ ਕੇ ਉਹਨਾਂ ਨੂੰ ਜਾਗਰਤ ਕਰਕੇ, ਉਹਨਾਂ ਦੀਆਂ ਕਮੇਟੀਆਂ ਬਣਾ ਕੇ, ਉਹਨਾਂ ਦੀਆਂ ਕੰਧਾਂ ਕੰਧਾਂ ਕਰਨੀਆਂ ਪੈਣਗੀਆਂ, ਕੰਧਾਂ ਮਨੁੱਖੀ ਕੰਧਾਂ ਕਰਨੀਆਂ ਪੈਣਗੀਆਂ। ਕਿਵੇਂ ਬਣਾਉਣੀਆਂ ਪੈਣਗੀਆਂ ਪਿੰਡਾਂ 'ਚ, ਉਹ ਕਿਵੇਂ ਬਣਾਓ, ਉੱਥੇ ਪਿੰਡਾਂ 'ਚ ਜਾ ਕੇ ਉਹਨਾਂ ਨੂੰ ਤੰਦਰੁਸਤ ਕਰੋ, ਟੈਂ ਮੋਰਚੇ ਨੂੰ ਮਜ਼ਬੂਤ ਕਰਨ ਵਾਸਤੇ ਇੱਧਰ ਨੂੰ ਜਾਓ। ਵੀਰਾ ਕੱਤੋ, ਇਸ ਮੋਰਚੇ ਨੇ ਬਹੁਤ ਕੁਛ ਨਵਾਂ ਕਰਤਾ, ਬਹੁਤ ਕੁਛ ਨਖੇੜਤਾ, ਬਹੁਤ ਇਤਿਹਾਸ ਰਚਤਾ, ਬਹੁਤ ਜ਼ਿਆਦਾ ਜਿਹੜਾ ਮੇਰੇ ਵੀਰੋ ਜਿਹੜੇ ਲੜਨ ਵਾਲੇ ਸੀ ਉਹ ਇੱਕ ਬੰਨੇ ਕਰਤੇ ਕਰ ਦੇਣੇ ਆ, ਜਿਹੜੇ ਅਜੇ ਵੀ ਭੱਜਣ ਵਾਲੇ ਆ ਉਹ ਇੱਕ ਬੰਨੇ ਕਰ ਦੇਣੇ ਆ, ਜਿਹੜੇ ਗੋਡਿਆਂ ਸਿਰ ਤੇ ਕੇ ਬੈਠੇ ਆ ਉਹ ਮੇਰੇ ਵੀਰੋ ਇੱਕ ਪਾਸੇ ਹੋ ਜਾਣੇ ਆ। ਬਹੁਤ ਨਖੇੜੇ ਹੋਣੇ ਦੇਸ਼ ਭਰ 'ਚ, ਬਹੁਤ ਨਖੇੜੇ ਹੋਣੇ ਆ, ਨਵੀਆਂ ਸਭਾ ਤਿਆਰ ਹੋਣੀਆਂ ਵਾ, ਨਵੇਂ ਲੀਡਰ ਤਿਆਰ ਹੋਣੇ ਆ, ਸਾਨੂੰ ਕਿਸਾਨਾਂ 'ਚ, ਮਜ਼ਦੂਰਾਂ 'ਚ, ਦਲਤਾਂ 'ਚ, ਸਾਨੂੰ ਆਦਿਵਾਸੀਆਂ 'ਚ, ਪਹਿਲੇ ਲੋਕਾਂ 'ਚ ਜਾਣਾ ਪਊਗਾ, ਉਹਨਾਂ ਨੂੰ ਜਾ ਕੇ ਉਹਨਾਂ ਨੂੰ ਨਾਲ ਲੈਣਾ ਪਊਗਾ, ਉਹਨਾਂ ਦੀ ਵੱਡੀ ਲਾਮਬੰਦੀ ਕਰਨੀ ਪਊਗੀ ਮੇਰੇ ਵੀਰੋ, ਉਹਨਾਂ ਦੀ ਵੱਡੀ ਲਾਮਬੰਦੀ ਕਰੋ। ਜਦੋਂ ਵੀ ਚੰਗਾ ਲੱਗਦੀਆਂ ਵਾ, ਅੱਜ ਤਾਂ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਹਾਂ, ਆਪਾਂ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਹਾਂ, ਅਤੇ ਸ਼ਹੀਦੀਆਂ ਹੋਣੀਆਂ ਜਾਂ ਮੌਤਾਂ ਹੋਣੀਆਂ ਵਰਤਾਰਾ ਹੋਣੀਆਂ, ਸ਼ਹੀਦੀਆਂ ਜਾਂ ਮੌਤਾਂ ਆਹ ਵਰਤਾਰਾ ਵਾ, ਇਹ ਕੋਈ ਨਵੀਂ ਗੱਲ ਨਹੀਂ, ਇੱਥੇ 25 ਸ਼ਹੀਦੀਆਂ ਹੋ ਚੁੱਕੀਆਂ, ਸ਼ੁਭ ਕਰਨ ਦੀ ਸ਼ਹੀਦੀ ਹੋ ਚੁੱਕੀ ਆ, ਅਜੇ ਉਧਰ ਬਹੁਤ ਸ਼ਹੀਦੀਆਂ ਹੋਣੀਆਂ ਵਾ, ਇਹ ਕੋਈ ਨਵੀਂ ਗੱਲ ਨਹੀਂ ਹੈ ਜੀ। ਜ਼ਿੰਦਗੀ ਦਾ ਕਮਾਨ, ਜ਼ਿੰਦਗੀ ਦਾ ਕਮਾਨ ਜੱਜ ਨਹੀਂ ਕੀਤਾ ਹੈ ਕਿਸੇ, ਜ਼ਿੰਦਗੀ ਦਾ ਅਪਮਾਨ ਜੱਜ ਨਹੀਂ ਕੀਤਾ ਹੈ ਕਿਸੇ, ਮੌਤ ਬਣ ਕੇ ਮੌਤ ਦੀ ਆਉਂਦੇ ਰਹੇ ਲੋਕ, ਮੌਤ ਬਣ ਕੇ ਮੌਤ ਦੀ ਆਉਂਦੇ ਰਹੇ ਲੋਕ, ਮਜ਼ਬੂਰੀਆਂ ਦਾ ਸੰਗਲ ਕੱਟ ਕੇ ਹੱਥ ਤੋਂ, ਮਜ਼ਬੂਰੀਆਂ ਦਾ ਸੰਗਲ ਕੱਟ ਕੇ ਹੱਥ ਤੋਂ, ਮਜ਼ਬੂਰੀਆਂ ਦਾ ਸੰਗਲ ਕੱਟ ਕੇ ਹੱਥ ਤੋਂ, ਜ਼ਾਲਮਾਂ ਦੇ ਘਰ, ਫਿਲਮਾਂ ਦੇ ਘਰ ਇਸ ਸੰਗਲ ਪਾਉਂਦੇ ਰਹੇ ਲੋਕ, ਮੌਤ ਦੀਆਂ ਤਲੀਜਾਂ ਤੇ ਬੈਠੇ ਗਾਉਂਦੇ ਰਹੇ ਲੋਕ, ਆਪਣੇ ਦੱਗ ਦੇ ਅੰਗਾਰਿਆਂ ਦੇ ਉੱਤੇ, ਦੱਗ ਦੇ ਅੰਗਾਰਿਆਂ ਦੇ ਉੱਤੇ ਵੀ ਸੌਂਦੇ ਰਹੇ ਲੋਕ, ਮੇਰੇ ਵੀਰੋ ਸੌਂਦੇ ਰਹੇ ਲੋਕ, ਕੋਈ ਪਰਵਾਹ ਨਾ ਕਰੋ, ਕੋਈ ਪਰਵਾਹ ਨਾ ਕਰੋ, ਆਪਣੇ ਉੱਤੇ ਭਰੋਸਾ ਰੱਖੋ, ਗੁਰੂ ਸਾਹਿਬ ਨੇ ਸਾਨੂੰ ਭਰੋਸਾ ਸਿਖਾਇਆ ਵਾ, ਆਪਣੇ ਉੱਤੇ ਭਰੋਸਾ ਸਿਖਾਓ, ਇਹ ਮੋਰਚਾ ਜਿੱਤਣਾ ਵਾ, ਮੋਰਚਾ ਜਿੱਤਿਆ ਪਿਆ ਵਾ, ਜਿੱਤਣਾ ਵਾ, ਲੰਬੀ ਲੜਾਈ ਆ ਮੇਰੇ ਵੀਰੋ, ਲੰਬੀ ਲੜਾਈ ਵਾਸਤੇ ਲੰਬੀ ਲੜਾਈ ਕਰੋ, ਦਮੋ ਕੱਢ ਦਿਆਂਗੇ, ਦਮੋ ਤਮਾ ਕੱਢ ਦਿਆਂਗੇ, ਆਏ ਜਿਉਂ ਆਏ ਤੇਰਾ ਫਰੇ ਪਰਦੀ ਨੂੰ, ਉਹਨਾਂ ਨੂੰ ਇਹਨਾਂ ਨੂੰ ਰੋਕਿਆ ਸੀ, ਅੱਜ ਵੀ ਇਹਨਾਂ ਨੂੰ ਰੋਕਿਆ, ਇਹਨਾਂ ਨੂੰ ਉੱਤੇ ਆਵਾਂਗੇ, ਉੱਤੇ ਆਵਾਂਗੇ, ਉੱਤੇ ਆਵਾਂਗੇ, ਤਮਾ ਕੱਢ ਦਿਆਂਗੇ, ਇਸ ਭਾਰਤੀ ਸਿਸਟਮ ਨੂੰ ਬਹੁਤ ਕੁਛ ਨਵਾਂ ਸਿੱਖ ਦਿਆਂਗੇ, ਬਹੁਤ ਕੁਛ ਨਵਾਂ ਕਰ ਦਿਆਂਗੇ।
ਬਹੁਤ ਭੰਡਾਵਾ ਕਰਨ ਵਾਸਤੇ ਬੈਠੇ ਹੋਏ ਆ, ਬਹੁਤ ਨਖੇੜੇ ਕਰਨ ਵਾਸਤੇ ਬੈਠੇ ਹੋਏ ਆ। ਇਸ ਲਈ ਮੇਰੇ ਵੀਰ ਚੜ੍ਹਦੀ ਕੜਾਂਗਾ, ਪਿੰਡਾਂ ਚ ਆਪਣੀਆਂ ਤਿਆਰੀਆਂ ਕਰੋ। ਪਿੰਡਾਂ ਚ ਜਦੋਂ ਤੁਹਾਡੀਆਂ 10 ਤਰੀਕ ਤੱਕ ਤੁਹਾਡੀਆਂ ਵਾਰੀਆਂ 6 ਅਗਸਤ ਤੱਕ ਆਪਣੀਆਂ ਵਾਰੀਆਂ ਲਾ ਕੇ ਜਦੋਂ ਪਿੰਡਾਂ ਜਾਣਾ, ਪਿੰਡਾਂ ਚ ਵੱਡੀ ਪ੍ਰਤੀਕਿਰਿਆ ਲਾਮਦੀ ਕਰੋ। ਨਵੇਂ ਪਿੰਡਾਂ ਜਾਓ, ਲੋਕਾਂ ਨੂੰ ਜਾਓ, ਲੋਕ ਉੱਠਰਾਇਆ, ਪੂਰੇ ਹਿੰਦੁਸਤਾਨ ਚ ਉੱਠਰਾਇਆ। ਆਹ ਪਿੱਛੇ ਜਿਹੜੇ ਦੁਆਬੜੇ ਹੋਏ ਆ, ਦੱਖਣ ਹੋਏ ਆ, 12-12 ਸੂਬੇ ਚ ਹੋਏ ਆ, ਸਾਰੇ ਸੂਬਿਆਂ ਦੇ ਲੋਕ ਉੱਠਰਾਇਆ। ਇਸ ਕਰਕੇ ਪੀੜ ਹੋ ਰਹੀ ਆ, ਇਸ ਕਰਕੇ ਪੀੜ ਭਰਿਆ ਪਿਆ। ਮੋਦੀ ਦੀ ਸਰਕਾਰ ਭਰੀ ਪਈ ਆ, ਇਹ ਭਾਰਤੀ ਸਿਸਟਮ ਭਰਿਆ ਪਿਆ। ਇਹਨਾਂ ਨੂੰ ਕਸ਼ਾਂ ਪੈ ਰਹੀਆਂ ਮੇਰੇ ਵੀਰੋ, ਕਸ਼ਾਂ ਪੈ ਰਹੀਆਂ ਇਹਨਾਂ ਨੂੰ। ਤੁਸੀਂ ਜਿੰਨਾ ਇਸ ਬੋਲਣ ਨੂੰ ਲੰਮਾ ਲੈ ਜਾਓਗੇ, ਜਿੰਨਾ ਬੋਲਣ ਨੂੰ ਲੰਮਾ ਲੈ ਜਾਓਗੇ, ਆਪਣੇ ਲਈ ਉਹਨਾਂ ਚੰਗਾ ਰਹੂਗਾ, ਉਹਨਾਂ ਚੰਗਾ ਰਹੂਗਾ। 5 ਸਾਲ ਤੇ ਗੱਲ ਹੀ ਕੱਖ ਨਹੀਂ ਹੈਗੇ, 5 ਸਾਲ ਤੇ ਮਹਿਲਕ ਲੱਗ ਗਏ, 5 ਸਾਲ ਤੋਂ ਗਾਂ, ਫਿਰ 5 ਸਾਲ ਅਗਲੇ 5 ਸਾਲ ਜਿੰਨਾ ਚਿਰ ਅਗਲੀ ਪੀੜ੍ਹੀ ਜਿਹੜਾ ਬੱਚਾ ਜੰਮੂਗਾ, ਅੱਜ ਜੰਮੂ ਕਹਿੰਦੇ ਘਰ, ਜਿੰਨਾ ਚਿਰ ਬੱਚਾ ਜਵਾਨ ਨਹੀਂ ਜਾਂਦਾ, ਉਹਨਾਂ ਚਿਰ ਤੱਕ ਲੜਨ ਦੀ ਤਿਆਰੀ ਕਰੋ ਮੇਰੇ ਵੀਰੋ, ਉਹਨਾਂ ਚਿਰ ਤੱਕ ਲੜਨ ਦੀ ਤਿਆਰੀ ਕਰੋ। ਜਿੱਤ ਤੁਹਾਡੀ ਪਈ ਹੋਈ ਆ, ਜਿੱਤ ਤੁਹਾਡੀ ਪਈ ਹੋਈ ਆ। ਕੋਈ ਰੋ ਵਾਲਿਆਂ ਨੂੰ ਚੰਗਾ ਚੱਲ, ਕਿਸਾਨ ਮਜ਼ਦੂਰ ਦੀ ਚੋਟੀ ਪਾਓ, ਸਾਰੇ ਜਿੰਨੇ ਵੀ ਕਿਰਤੀ ਕਾਮੇ ਉਹਨਾਂ ਦੀ ਚੋਟੀ ਪਾਓ, ਜਿਹੜੇ ਲਤਾੜੇ 140 ਕਰੋੜ ਲੋਕ ਇਹਨਾਂ ਨੇ ਭਾਈ ਲਾ ਲਓ, ਉਹਨਾਂ ਦੀ ਚੋਟੀ ਪਾਓ। ਮਲਕ ਭਾਗੋ ਲੜਾਈ ਆ, ਮਲਕ ਭਾਗੋ ਨੂੰ ਪਜਾਉਣਾ ਵਾ, ਤੇ ਆਪਣਾ ਆਪਣਾ ਜਿਹੜਾ ਆਪਣਾ ਮਿਥਿਆਰਾ ਪ੍ਰੋਗਰਾਮ ਆ ਉਹ ਸਰ ਕਰਨਾ ਵਾ। ਆਹ ਮੰਗਾਂ ਦੇ ਮਨਾਈਆਂ ਪਈਆਂ, ਅਸੀਂ ਕਿਤੋਂ ਬਾਹਰ ਬੜਾ ਕੁਛ ਕਰਨਾ ਵਾ। ਚੜ੍ਹਦੀ ਕਲਾ ਤੁਹਾਡੀ ਹੋਊਗੀ, ਵਾਹਿਗੁਰੂ ਜੀ ਦਾ ਖਾਲਸਾ।